ਚੈਨਲ ਵਾਈ A South Asian Canadian channel. ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਅੱਜ ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਐਨ ਕੇ ਸ਼ਰਮਾ ਨੇ ਵਿਧਾਨ ਸਭਾ ਹਲਕਾ ਸ਼ਤਰਾਣਾ ਦੇ ਬਲਾਕ ਪ੍ਰਧਾਨਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਗੁੱਟ ਲਗਾਤਾਰ ਵਧਦਾ ਜਾ ਰਿਹਾ ਤੇ ਪਿੰਡਾਂ ਦੇ ਵਿੱਚ ਹੋਰਨਾਂ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਵੀ ਰੁਝਾਨ ਹੈ, ਭਾਵੇਂ ਕਿ ਉਹਨਾਂ ਦੀਆਂ ਗਤੀਵਿਧੀਆਂ ਜਾਂ ਉਹਨਾਂ ਦਾ ਜਾਂ ਮੌਜੂਦਾ ਗਤੀਵਿਧੀਆਂ ਦੇ ਕਾਰਨ ਕਈ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ। ਅੱਜ ਤਿੰਨੇ ਸਰਕ ਘਨੌਰ, ਸਨੌਰ ਤੇ ਸ਼ਤਰਾਣਾ ਵਰਕਰਸ ਮੀਟਿੰਗ ਜਿਹੜੀ ਰੱਖੀ ਆ ਕਿ ਅਗਲੀ ਕੰਪੇਨ ਦੀ ਪਲੈਨਿੰਗ ਦੇ ਬਾਰੇ। ਸੋ ਜਿਹੜੀ ਅਗਲੀ ਪਿੰਡਾਂ ਦੀ ਕੰਪੇਨ ਆ, ਅਸੀਂ ਆ ਕਣਕਾਂ ਤੋਂ ਲੋਕ ਵਿਹਲੇ ਹੋ ਗਏ, ਪਹਿਲੀ ਤਰੀਕ ਤੋਂ ਸਟਾਰਟ ਕਰ ਰਹੇ ਹਾਂ। ਤਕਰੀਬਨ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਹਰ ਪਿੰਡ 'ਚ ਅਪਰੋਚ ਆ ਜਿਹੜੀ ਉਹ ਕਰੀ ਜਾਏ, ਔਰ ਵਰਕਰਾਂ 'ਚ, ਲੀਡਰਾਂ 'ਚ, ਸਰਕਲ ਪ੍ਰਧਾਨਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਆ। ਸੋ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੇ ਮਾਰਜਨ ਨਾਲ ਇਸ ਹਲਕੇ ਤੋਂ ਜਿੱਤੇਗਾ। ਭਾਜੀ, ਜਿਹੜੀ ਇਹ ਰਾਜਨੀਤੀ ਆ ਨਾ ਜੀ, ਇਹ ਕੋਈ ਪੈਸੇ ਕਮਾਉਣ ਵਾਸਤੇ ਜਾਂ ਕੁਰਸੀਆਂ ਵਾਸਤੇ ਨਹੀਂ ਹੁੰਦੀ, ਇਹ ਸੇਵਾ ਵਾਸਤੇ ਹੁੰਦੀ ਹੈ। ਪਰ ਅੱਜ ਲੋਕਾਂ ਨੇ ਇਹਨੂੰ ਧੰਦਾ ਸਮਝ ਲਿਆ, ਔਰ ਜਿਹੜੀ ਕੁਰਸੀ ਤੇ ਬੈਠ ਜਾਂਦੇ ਆ ਮੁੜ ਕੇ ਉੱਠਦੇ ਹੀ ਨਹੀਂ, ਔਰ ਕੁਰਸੀ ਦੇ ਲਾਲਚ ਡੇਲੀ ਵਫਾਦਾਰੀਆਂ ਵੀ ਚੇਂਜ ਹੁੰਦੀਆਂ। ਹੁਣ ਕੇਜਰੀਵਾਲ ਸਾਹਿਬ ਨੂੰ ਇੱਕ ਮਹੀਨਾ ਹੋ ਗਿਆ ਅੰਦਰ ਹੋਏ ਨੂੰ, ਤੁਸੀਂ ਦੇਖੋ ਵੀ ਅੱਜ ਤੱਕ ਅਸਤੀਫਾ ਦੇਣ ਨੂੰ ਤਿਆਰ ਨਹੀਂ ਹੈਗਾ। ਕੌਣ ਅੰਦਰ ਕੈਬਨਿਟ ਮੀਟਿੰਗ ਕਰੂਗਾ, ਕੌਣ ਉੱਥੇ ਸੈਕਟਰੀ ਜਾਊਗਾ, ਕਿਹੜਾ ਆਰਡਰ ਇੰਪਲੀਮੈਂਟ ਕਰੂਗਾ। ਸਟੇਟ ਖਤਮ ਹੋ ਜੇ ਚਾਹੇ, ਮਰ ਜੇ ਚਾਹੇ, ਇਹਨਾਂ ਨੂੰ ਆਪਣੀਆਂ ਕੁਰਸੀਆਂ ਦਾ ਜਿਹੜਾ ਬੜੇ ਰਹਿਣ ਦਾ ਲਾਲਚ ਹੈ, ਇਹ ਆਮ ਆਦਮੀ ਪਾਰਟੀ ਦਾ ਕਰੈਕਟਰ ਆ। ਜਿਹੜੇ ਕਹਿੰਦੇ ਤੇ ਵੀ ਸਿਕਿਉਰਿਟੀ ਨਹੀਂ ਲਿਓਗੇ, ਅੱਜ 50-50 ਬੰਦੇ ਇਹਨਾਂ ਦੇ MLA ਦੇ ਆਲੇ ਦੁਆਲੇ ਹੁੰਦੇ। ਜਿਹੜੇ ਕਹਿੰਦੇ ਤੇ ਰਿਸ਼ਵਤ ਖਤਮ ਕਰ ਦਾਂਗੇ, ਤੁਹਾਡੇ ਸਾਹਮਣੇ ਰਿਸ਼ਵਤ ਸਿਰੇ ਦੀ ਹੋਈ। ਪੰਜਾਬ ਚ ਤਾਂ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਕਿਸਾਨ ਧੱਕੇ ਖਾ ਰਹੇ ਆ, ਇਹਨਾਂ ਨੂੰ ਕੋਈ ਪਰਵਾਹ ਨਹੀਂ। ਬਾਰਿਸ਼ ਪੈ ਜਾਂਦੀ ਆ, ਕਣਕ ਤੈਰਦੀ ਆ, ਇਹਨਾਂ ਨੂੰ ਕੋਈ ਪਰਵਾਹ ਨਹੀਂ। ਓਲੇ ਪੈ ਜਾਂਦੇ ਆ, ਫਸਲ ਬਰਬਾਦ ਹੋ ਜਾਂਦੀ ਆ, ਇਹਨਾਂ ਨੂੰ ਕੋਈ ਪਰਵਾਹ ਨਹੀਂ। ਆ 24 ਪਿੰਡਾਂ ਦੀ ਤੁਹਾਡੇ ਸਾਹਮਣੇ ਜ਼ਮੀਨ ਅਕੁਆਇਰ ਹੋ ਗਈ, ਬਲਵੀਰ ਸਿੰਘ ਕੈਬਨਿਟ ਮਿਨਿਸਟਰ ਦੇ ਹਲਕੇ 'ਚ ਜ਼ਮੀਨ ਅਕੁਆਇਰ ਹੋ ਗਈ, ਸਰਕਾਰ ਦੇ ਨਾਂ ਤੇ ਚੜ੍ਹ ਗਈ, ਜ਼ਿਮੀਦਾਰਾਂ ਨੂੰ 1 ਰੁਪਿਆ ਵੀ ਨਹੀਂ ਦਿਆ। ਸੜਕ ਦੇ ਟੈਂਡਰ ਵੀ ਅਲਾਟ ਹੋ ਗਏ ਬਣਾਉਣ ਦੇ, ਜ਼ਿਮੀਦਾਰਾਂ ਨੂੰ ਦਵੰਨੀ ਵੀ ਨਹੀਂ ਦੇਈ। ਜੇ ਕਹਿੰਦੇ ਆ ਜ਼ਿਮੀਦਾਰ ਵੀ ਪੈਸੇ ਦਿਓ, ਕਹਿੰਦੇ 30 ਲੱਖ ਲੈ ਲਿਓ, 40 ਲੱਖ ਲੈ ਲਿਓ 10 ਕਰੋੜ ਦੀ ਥਾਂ ਤੇ। ਸੋ ਮਤਲਬ ਅੱਜ ਤੁਸੀਂ ਹਾਲਾਤ ਦੇਖੋ, ਕੇਜਰੀਵਾਲ ਕੁਰਸੀ ਬਣੀ ਬੈਠਿਆ। ਸਾਡੇ ਇੱਥੇ ਮਹਾਰਾਣੀ ਪ੍ਰਨੀਤ ਕੌਰ ਜੀ ਅੱਜ ਤੱਕ ਮੈਂਬਰ ਪਾਰਲੀਮੈਂਟ ਆ, ਤੇ ਵੋਟਾਂ BJP ਵਾਸਤੇ ਮੰਗ ਰਹੇ ਆ, ਉਹਨਾਂ ਨੇ ਵੀ ਆਪਣੀ ਸੀਟ ਤੋਂ ਰਿਜ਼ਾਈਨ ਨਹੀਂ ਦਿਆ ਅੱਜ ਤੱਕ। ਆਮ ਆਦਮੀ ਪਾਰਟੀ ਜਿਹੜਾ ਧਰਮਵੀਰ ਗਾਂਧੀ ਕਾਂਗਰਸ ਤੋਂ ਆ, 3 ਇਲੈਕਸ਼ਨ ਲੜੇ, 3 ਵਾਰੀ ਹਰੇਕ ਨਵਾਂ ਜਿਹੜਾ ਚੋਣ ਨਿਸ਼ਾਨ ਨਾਲ ਆਏ, ਮਤਲਬ ਕੁਰਸੀ ਵਾਸਤੇ ਵਫਾਦਾਰੀਆਂ ਵੀ ਚੇਂਜ ਕਰੀ ਜਾ ਰਹੀਆਂ, ਕੁਰਸੀ ਨਾਲ ਚਿਮੜਿਆ ਵੀ ਜਾ ਰਿਹਾ। ਕੁਰਸੀ ਦੇ ਨਾਂ ਤੇ ਤੁਸੀਂ ਦੇਖ ਲਿਓ ਵੀ ਹਰੇਕ ਤਰ੍ਹਾਂ ਨਾਲ ਸਮਾਜਿਕ ਕਦਰਾਂ ਕੀਮਤਾਂ ਖਤਮ ਕਰੀ ਜਾ।